بسم اللہ الرحمن الرحیم میں محمد سرفرازی ایک بار پھر ਤੁਹਾਡੀ خدمت ਦੇ ਵਿੱਚ حاضر ਅੱਜ ਕੱਲ ਸਾਡੀਆਂ ਜਿਹੜੀਆਂ ਪ੍ਰਾਫਿਟੇਬਲ ਹੈਗੀਆਂ ਫਸਲਾਂ 메ਜਰ ਤੇ ਸਾਡੇ ਇਸ ਪੰਜਾਬ ਦੀ ਇਸ ਖੇਤੇ ਦੀ ਫਸਲ ਹੈ ਕਣਕ ਮੂੰਗੀ ਕਮਾਦ ਤੇ ਕਪਾਹ ਇਹਦੇ ਤੋਂ ਅਲਾਵਾ ਵੀ ਅਸੀਂ ਫਸਲਾਂ ਬੀਜਦੇ ਹਾਂ ਉਹਨਾਂ ਵਿੱਚੋਂ ਇੱਕ ਹੈ ਸ਼ਕਰਕੰਦੀ ਜਿਹਨੂੰ সুইਟ ਪੋਟੈਟੋ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਮਲਕ ਯਕੂਬ ਵਸੀਰ ਸਾਹਿਬ محکمہ ਲਾਈਵ ਸਟਾਕ ਦੇ ਮੁਲਾਜ਼ਮ ਵੀ ਹੈ ਤੇ ਜ਼ਿਮੀਦਾਰ ਨੇ ਤੇ ਸ਼ਕਰਕੰਦੀ ਜਿਹੜੀ ਹੈ ਨਾ ਜੀ ਇਹਨਾਂ ਦੇ ਪਿੰਡ 'ਚ ਵੀ ਬਹੁਤ ਤੇ ਆਲੇ ਦੁਆਲੇ ਵੀ ਬਹੁਤ ਤੇ ਮਾਹਰ ਨੇ ਮੈਂ ਕਿਹਾ ਚਲੋ ਮੌਕੇ ਦਾ ਫਾਇਦਾ ਚੁੱਕੀਏ ਤੇ ਇਹਨਾਂ ਤੋਂ ਕੁਝ ਗੱਲਾਂ ਕਰੀਏ ਯਕੂਬ ਸਾਹਿਬ ਅਸਲਾਮੁਅਲੈਕ ਯਕੂਬ ਸਾਹਿਬ ਸਾਨੂੰ ਇਹ ਦੱਸੋ ਸ਼ਕਰਕੰਦੀ ਬੀਜਣ ਵਾਸਤੇ ਪੈੜੀ ਕਿਵੇਂ ਤਿਆਰ ਕਰਨੀ ਆ ਪੈੜੀ ਜੀ ਪੌਂਦ ਨੂੰ ਵਾਹ ਲੈਣ ਦੋ ਸੀਵਾਂ ਲਾਉਣੀਆਂ ਨੇ ਅੱਛਾ ਜੀ ਫਿਰ ਉਤ ਰੂਟਾ ਵੀ ਤੇ ਫੇਰ ਦੇਣਾ ਅੱਛਾ ਜੀ ਰੂਟਾ ਵੀ ਤੇ ਫੇਰ ਕੇ ਇੱਕ ਸੀਂਤ ਉਲਾ ਦੇਣੀ ਹੋਰ ਅੱਛਾ ਜੀ ਇੱਕ ਸੀ ਲਾ ਕੇ ਤੇ ਰੇਜ ਨਾਲ ਖਾਲੀਆਂ ਘੜਾ ਲੈਣੀਆਂ ਨੇ ਜੀ ਵੀ ਤਿਆਰ ਘਰ ਕੀਤਾ ਹੋਣਾ ਜਾਂ ਮੋਲੇ ਲੈਣਾ ਅੱਛਾ ਜੀ ਉਹ ਆਪਣਾ ਲਾਉਣੀ ਸ਼ੁਰੂ ਕਰ ਦੇਣੀ ਹੈ ਅੱਗੇ ਪਾਣੀ ਲਾਈ ਜਾਣੇ ਪਿੱਛੇ ਲਾਈ ਜਾਣੀ ਹੈ ਅੱਛਾ ਜੀ ਤੇ ਥੱਲੇ ਦੋ ਜਾਂ ਦੋ ਬੋਰੀ ਖਾਦ ਪਾ ਲੈਣੀ ਫੀਕੀ ਲੈਣੋ 1 ਏਕੜ ਨੂੰ ਕਾਦੀ ਪਾਣੀ ਖਾਦ ਉਹ ਕਿਹੜੀ ਪਾਣੀ ਗੁਆਰਾ ਗੁਆਰਾ ਖਾਦ ਦੋ ਇੱਕ ਬੋਰੀਆਂ ਫੀ ਏਕੜ ਥੱਲੇ ਪਾ ਲੈਣੀ ਆ ਪੈਲੀ ਬਿਨਾ ਸਵਾਰ ਲੈਣੀ ਰੋਟਾਵੇਟਰ ਕਰ ਲੈਣਾ ਹਾਂਜੀ ਹਾਂਜੀ ਅੱਛਾ ਵਿੱਚ ਸਵਾਲ ਇੱਕ ਰਹਿ ਗਿਆ ਸੀ ਜੀ ਕਿ ਜ਼ਮੀਨ ਹੁਣੀ ਕਿਦਾਂ ਦੀ ਚਾਹੀਦੀ ਆ ਚੀਕਨੀ ਹੁਣੀ ਚਾਹੀਦੀ ਆ ਮਹਿਰਾ ਮਹਿਰਾ ਜ਼ਮੀਨ ਚੀਕਨੀ ਚ ਨਹੀਂ ਹੁੰਦੀ ਆ ਨਹੀਂ ਜੀ ਨਹੀਂ ਚੀਕਨੀ ਦੇ ਵਿੱਚ ਨਹੀਂ ਮਹਿਰਾ ਜ਼ਮੀਨ ਚਾਹੀਦੀ ਆ ਅੱਛਾ ਜੀ ਉਹ ਫਿਰ ਖਾਦ ਪਾ ਲੈ ਖਲਾਰ ਲਈ ਸਵਾਗ ਲਈ ਉਹਦੇ ਤੋਂ ਬਾਅਦ ਕੀ ਕਰਨਾ ਉਹਦੇ ਬਾਅਦ ਜੀ ਖਾਲੀਆਂ ਕਢਾ ਲੈਣੀਆਂ ਜਾਂ ਜਰਨਾਲ ਰੇਜਰ ਦੇ ਨਾਲ ਖਾਲੀਆਂ ਕਢ ਲਈਆਂ ਹਾਂਜੀ ਅੱਛਾ ਜੀ ਖਾਲੀਆਂ ਕੱਢ ਕੇ ਬੀਜ ਤਿਆਰ ਹੋਣਾ ਹੈ ਅੱਛਾ ਜੀ ਉਸ ਟਾਈਮ ਜਨਾਬ ਲਾਉਣਾ ਸ਼ੁਰੂ ਕਰ ਦੇਣਾ ਅੱਗੇ ਪਾਣੀ ਲਈ ਜਾਣਾ ਪਿੱਛੇ ਲਈ ਜਾਣੀ ਹੈ ਅੱਛਾ ਜੀ ਅਗੂ ਇੱਕ ਡੰਗ ਖਲੋ ਕੇ ਦੂਸਰੇ ਡੰਗ ਫਿਰ ਪਾਣੀ ਨੂੰ ਇੱਕ ਵਾਰ ਦੇ ਦੇਣਾ ਹੈ ਬੀ ਲਾ ਕੇ ਜੀ ਜੀ ਉਹ ਬੇਲਾਂ ਕੱਟ ਕੇ ਜੀ ਪਾਣੀ ਲਾ ਦੇਣਾ ਉਹਦੇ ਤੋਂ ਬਾਅਦ ਕਦੋਂ ਪਾਣੀ ਲਾਣਾ ਦੂਸਰੇ ਡੰਗ ਦੂਸਰੇ ਡੰਗ ਪਾਣੀ ਫਿਰ ਲਾ ਦੇਣਾ ਲਾ ਦੇਣਾ ਅੱਛਾ ਜੀ ਜੀ ਇਹ ਮਤਲਬ ਇੱਕ ਦਿਨ ਛੱਡ ਕੇ ਫਿਰ ਪਾਣੀ ਲਾ ਦੇਣਾ ਇਹਨੂੰ ਕੋਈ ਗੰਧ ਦੀ ਸਪਰੇ ਵੀ ਹੁੰਦੀ ਗੰਧ ਦੀ ਸਪਰੇ ਹੁੰਦੀ ਹੈ ਜੋ ਆਪਣਾ ਮੁਤਲਕਾ ਜਿਹੜਾ ਹੁੰਦੀ ਹੈ ਨਾ ਦੁਕਾਨ ਜ਼ਰੀਏ ਆਲਿਆਂ ਦੀ ਜ਼ਰੀਏਤ ਵੀ ਆਤਾਲੀ ਹਾਂਜੀ ਹਾਂਜੀ ਉਹਨਾਂ ਨਾਲ ਜਾ ਕੇ ਰਾਬਤਾ ਕਰਨਾ ਹੈ ਹਾਂਜੀ ਸਾਨੂੰ ਐਸ ਮਕਸਦ ਵਾਸਤੇ ਦਵਾਈ ਦਿਓ ਅੱਛਾ ਜੀ ਉਹ ਯਾ ਨਿਆ ਸਵੇਰਾ ਵਾਲੇ ਦੇ ਬਲਕ ਮਸ਼ਹੂਰ ਨੇ ਉਹ ਮਸ਼ਹੂਰ ਨਿਆ ਸਵੇਰਾ ਵਾਲੇ ਆ ਹਾਂਜੀ ਹੋਰ ਵੀ ਕਈ ਕੰਪਨੀਆਂ ਹੈਗੀਆਂ ਹੋਰ ਕੰਪਨੀਆਂ ਵੀ ਆਣ ਅੱਛਾ ਜੀ ਉਹ ਆਪਣੇ ਸਾਹਬ ਨਾਲ ਉਹ ਜਿਵੇਂ ਦੱਸੀ ਉਹਦੇ ਦੇ ਦਿੰਦੇ ਨੇ ਦਵਾਈ ਦੇ ਦਿੰਦੇ ਦਵਾਈ ਦੇ ਉਹ ਗੰਧ ਨਹੀਂ ਹੁੰਦਾ ਮੋੜ ਉਹ ਇਲਾਕਿਆਂ ਦੇ ਮੁxtਲਫ ਇਲਾਕਿਆਂ ਚ ਮੁxtਲਫ ਗੰਦ ਹੋ ਗਜ਼ਾਰਨਾ ਜੀ ਉਸ ਹਿਸਾਬ ਦੇ ਨਾਲ ਦਵਾਈ ਹੋ ਜਾਂਦੀ ਹੈ ਅੱਛਾ ਜੀ ਇਹਦੇ ਤੋਂ ਇਲਾਵਾ ਵੀ ਇਹਨੂੰ ਕੋਈ ਬਿਮਾਰੀ ਆਂਦੀ ਹੈ ਇਹਦੇ ਤੋਂ ਇਲਾਵਾ ਆਉਂਦੀ ਏ ਸੁੰਡੇ ਦੀ ਅੱਛਾ ਜੀ ਉਹ ਲੈਂਡਾ ਦਵਾਈ ਹੁੰਦੀ ਏ ਇੱਕ ਅੱਛਾ ਜੀ ਉਹਦੀ ਸਪਰੇਅ ਕੀਤੀ ਜਾਂਦੀ ਏ ਲੈਂਡਾ ਦੀ ਸਪਰੇਅ ਕਰਨੀ ਪੈਂਦੀ ਆ ਉਹ ਲੈਂਡਾ ਸਪਰੇਅ ਕੀਤੀਆਂ ਆ ਸੁੰਡਾ ਖਤਮ ਹੋ ਜਾਂਦਾ ਹੈ ਜੀ ਤੇ ਸ਼ਕਰਗੰਝੀ ਅੱਲਾਹ ਤੁਹਾਨੂੰ ਤਿਆਰ ਹੋ ਜਾ ਲੈਂਡਾ ਦੀਆਂ ਕਿੰਨੀਆਂ ਸਪਰੇਆਂ ਕਰਨੀਆਂ ਪੈਂਦੀਆਂ ਜੀ ਇੱਕ ਇੱਕ ਸਪਰੇਅ ਲੈਂਡਾ ਦੀ ਕਰਨੀ ਪੈਂਦੀ ਹੈ ਇੱਕ ਸਪਰੇਅ ਲੈਂਡਾ ਦੀ ਅੱਛਾ ਜੀ ਤੇ ਫੇਰ ਤਾਂ ਕੋਈ ਐਡਾ ਲੰਮਾ ਚੌੜਾ ਕੰਮ ਨਹੀਂ ਆ। ਤਿੰਨ ਮਹੀਨੇ ਚ ਕੰਮ ਮੁੱਕ ਜਾਂਦਾ। ਤਿੰਨ ਮਹੀਨੇ ਚ ਕੰਮ ਮੁੱਕ ਜਾਂਦਾ ਪੈਲੀ ਬਣਾਓ, ਸਵਾਰੋ, ਬੀਜੋ। ਜੀ ਜੀ। ਗੰਧ ਦੀ ਸਪਰੇ। ਅੱਛਾ ਇਹਨੂੰ ਕਹਿੰਦੇ ਗੋਡੀਆਂ ਕਿੰਨੀਆਂ ਕਰਨੀਆਂ ਪੈਂਦੀਆਂ? ਗੋਡੀ ਜੀ ਇੱਕ ਹੀ ਹੁੰਦੀ ਏ। ਉਹ ਕਿਸ ਤਰ੍ਹਾਂ ਕਰਨੀ ਹੁੰਦੀ ਜੀ? ਉਹ ਜਨਾਬ ਜੇ ਇਸ ਟਾਈਮ ਸ਼ਗਰ ਦੀ ਫਟ ਜਾਵੇ ਨਾ। ਹਾਂਜੀ ਹਾਂਜੀ। ਦੋ ਦੋ ਕਿੱਠਾਂ ਵਿਹਲਾ ਹੋ ਜਾਵਣ। ਜੀ। ਉਸ ਟਾਈਮ ਮਿੱਟੀ ਚਾ ਕੇ ਨਾ ਉਹ ਹੀ ਗੋਡੀ ਹੁੰਦੀ, ਉਹ ਹੀ ਮਿੱਟੀ ਲੱਗਦੀ ਏ। ਉਹ ਹੀ ਗੋਡੀ ਹੁੰਦੀ, ਉਹ ਹੀ ਮਿੱਟੀ ਲੱਗਦੀ ਏ। ਉਹ ਹੀ ਮਿੱਟੀ ਲੱਗਦੀ ਏ। ਠੀਕ ਹੈ ਜੀ। ਜੋ ਅਲਾ ਕਰਦੇ ਤਾਂ ਕੰਮ ਸੈਟ ਜਾਂਦੀ ਹੈ ਯਾਨੀ ਮਿੱਟੀ ਵੀ ਨਾਲ ਹੀ ਚੜ ਜਾਂਦੀ ਹੈ ਤੇ ਗੋਡੀ ਵੀ ਨਾਲ ਨਾਲ ਜਾਂਦੀ ਹੈ ਉਹ ਜਿਹੜਾ ਗੰਦ ਉੱਗਿਆ ਹੋਵੇ ਉਹ ਵੀ ਮੁੱਕ ਜਾਂਦਾ ਹਾਂਜੀ ਹਾਂਜੀ ਇਸ ਟਾਈਮ ਗੋਡੀ ਹੁੰਦੀ ਹੈ ਨਾ ਮਿੱਟੀ ਨਾਲ ਲਾਉਣੇ ਹਾਂ ਹਾਂਜੀ ਉਸ ਟਾਈਮ ਇੱਕ ਬੋਰੀ ਯੂਰੀਆ ਦੀ ਪਾਉਣੀ ਇੱਕ ਇੱਕ ਕਰ ਨੂੰ ਉਸ ਵੇਲੇ ਇੱਕ ਬੋਰੀ ਯੂਰੀਆ ਦੀ ਪਾਉਣੀ ਹੈ ਇਹ ਬੀਜਣ ਤੋਂ ਕਿੰਨੇ ਦਿਨਾਂ ਬਾਅਦ ਮਿੱਟੀ ਚੜਾਈਦੀ ਹੈ ਤਕਰੀਬਨ ਤਕਰੀਬਨ 15 ਤੋਂ 20 ਦਿਨ ਬਾਅਦ 15 20 ਦਿਨਾਂ ਬਾਅਦ ਉਹਦੇ ਤੋਂ ਬਾਅਦ ਇਹਨੂੰ ਪਾਣੀ ਕਿੰਨੇ ਕ ਲੱਗਦੇ ਆ ਪਾਣੀ ਇਹਨੂੰ ਲੱਗ ਜਾਂਦੇ ਨੇ 5 ਗੋ ਪੰਜ ਕ ਪਾਣੀ ਲੱਗਦੇ ਤਿੰਨ ਮਹੀਨਿਆਂ ਦੇ ਵਿੱਚ ਤਿੰਨ ਮਹੀਨਿਆਂ ਦੇ ਵਿੱਚ ਚਾਰ ਤਿਆਂ 12 12 ਹਫਤੇ ਆ ਜਾਂਦੇ ਆ ਤਾਂ ਉਹਨਾਂ ਚ ਪੰਜ ਪਾਣੀ ਲੱਗਣੇ ਤਕਰੀਬਨ ਦੋ ਹਫਤੇ ਬਾਅਦ ਪਾਣੀ ਇਹਨੂੰ ਲੱਗ ਜਾਂਦਾ ਹਾਂਜੀ ਹਾਂਜੀ ਤੇ ਜੇ بارش ਵਗੈਰਾ ਹੋਵੇ ਪਾਣੀ ਘਟ ਵੀ ਜਾਂਦਾ ਅੱਛਾ ਇਹਨੂੰ ਫਿਰ ਪਟਣਾ ਕਦੋਂ ਪਟਣਾ ਤਿੰਨ ਮਹੀਨਾ ਬਾਅਦ ਤਿੰਨ ਮਹੀਨਾ ਬਾਅਦ ਤੇ ਉਹਦੇ ਤੋਂ ਬਾਅਦ ਫਸਲ ਕਣਕ ਵਗੈਰਾ ਆ ਜਾਂਦੀ ਤੇ ਬੀਜਣ ਦਾ ਇਹਦਾ ਮੌਸਮ ਕੀ ਹੈ ਸਹੀ ਕਿ ਕਦੋਂ ਬੀਜੀਦੀ ਹੈ ਆਪਣਾ ਅਧਹਾੜ ਤੋਂ ਪਿੱਛੇ ਅਧਹਾੜ ਤੋਂ ਪਿੱਛੇ ਅਧਹਾੜ ਹੁੰਦਾ 29 ਜੂਨ ਨੂੰ ਹਾਂਜੀ 29 ਜੂਨ ਤੋਂ ਬਾਅਦ ਇਹ ਕਿੰਨਾ ਚਿਰ ਬੀਜ ਹੁੰਦੀ ਰਹਿੰਦੀ ਹੈ ਅੱਜ ਸੌਣ ਤੱਕ ਅੱਜ ਸੌਣ ਤੱਕ ਤੇ ਇਹ ਵਿਕਦੀ ਕਿੱਥੇ ਹੈ ਫੈਸਲਾਬਾਦ ਫੈਸਲਾਬਾਦ ਯਾਨੀ ਜਿਹੜੀ ਵੀ ਤੁਹਾਡੇ ਨਜ਼ਦੀਕ ਮੰਡੀ ਸਦਾਰ ਆ ਜਿਹੜੀ ਵੀ ਨਜ਼ਦੀਕੀ ਮੰਡੀ ਆ ਉਹਦੇ ਚ ਆਸਾਨੀ ਨਾਲ ਵਿਕ ਜਾਂਦੀ ਬੜੀ ਵਿਕਦੀ ਆ ਆਸਾਨੀ ਨਾਲ ਅੱਛਾ ਇਹ ਪੈਲੀ ਚੋਂ ਕਿੰਨੀ ਕਿ ਨਿਕਲ ਜਾਂਦੀ ਹੈ ਇਹ 100 ਟੋੜਾ ਨਿਕਲ ਜਾਂਦਾ ਹੈ 100 ਟੋੜਾ ਟੋੜਿਆਂ ਨਾਲ ਹੀ ਵਿਕਦੀ ਆ ਟੋੜਿਆਂ ਨਾਲ ਇਹ ਟੋੜਾ ਘੱਟ ਤੋਂ ਘੱਟ ਕਿੰਨੇ ਦਾ ਵਿਕਦਾ 1200 1400 ਤੱਕ ਤੇ ਵੱਧ ਤੋਂ ਵੱਧ ਕਿੰਨਾ ਕਿ ਵਿਕਿਆ ਤੁਹਾਡਾ ਸਾਡਾ ਜੀ ਪਿਛਲੇ ਵੇਲੇ ਤੇ 12 1400 ਲ ਵਿਕਦਾ ਰਿਹਾ ਆਮ ਰੂਟੀਨ ਨਾਲ ਆਮੀਨਾਂ ਦਾ ਵੀ ਕਿਹਾ ਹਾਂਜੀ ਅੱਛਾ ਤੇ ਉੰਜ 17 1800 ਨੂੰ ਵਿਕਦੀ ਹੈ 17 1800 ਨੂੰ ਜਾਨੀ ਹਜ਼ਾਰ ਤੋਂ 2000 ਦੇ ਦਰਮਿਆਨ ਇੱਕ ਤੋੜਾ ਵਿਕਦਾ ਮੋਟੀ ਬਰੀਕ ਦਾ ਫਰਕ ਹੁੰਦਾ ਤੇ ਸੌਕ ਤੋੜਾ ਨਿਕਲੇ ਆਉਂਦਾ ਘਾਟ ਕਈਆਂ ਲੋਕਾਂ ਦਾ ਤਾਂ ਬਹੁਤ ਘੱਟ ਨਿਕਲਦੇ ਉਹਦੀ ਕੀ ਵਜ੍ਹਾ ਹੁੰਦੀ ਨਹੀਂ ਜੀ ਆਪਣਾ ਜ਼ਮੀਨ ਦਾ ਫਰਕ ਹੁੰਦਾ ਘਾਟ ਨਹੀਂ ਨਿਕਲਦੀ ਜ਼ਮੀਨ ਦਾ ਜਾਂ ਸਾਮ ਦਾ ਵੀ ਫਰਕ ਸਾਮ ਦਾ ਐਡੀ ਕੋ ਲੰਮੀ ਚੌੜੀ ਤੁਸੀਂ ਦੱਸਣੀ ਨਹੀਂ ਜ਼ਮੀਨ ਦਾ ਫਰਕ ਹੁੰਦਾ ਜ਼ਮੀਨ ਦਾ ਫਰਕ ਹੁੰਦਾ ਜੀ ਠੀਕ ਹੋ ਗਿਆ ਇਹ ਤੋੜ ਇਹਨੂੰ ਪੱਟਣ ਦੇ ਵਿੱਚ ਕਿੰਨੇ ਕ ਬੰਦੇ ਚਾਹੀਦੇ ਇੱਕ ਪੈਲੀ ਨੂੰ ਪੱਟਣ ਚ ਇੱਕ ਪੈਲੀ ਨੂੰ 4 ਬੰਦੇ ਹੋਣ 4 ਤੋਂ 6 ਬੰਦੇ ਤੂੰ ਕਿੰਨੇ ਚਿਰ ਚ ਪੱਟ ਲੈਂਦੇ ਆ ਉਹ ਜਨਾਬ ਸਵੇਰ ਲਗ ਲ 8 ਵਜੇ ਤੇ ਦਿਨ ਚਾਰੋ ਦਿਨ ਪੜ ਜਾਂਦੇ ਆ ਉਦੋਂ ਦਿਨ ਵੀ ਠੰਡੇ ਹੁੰਦੇ ਆ ਚਾਰ ਬੰਦੇ ਜਿਹੜੇ ਪੱਟ ਦਿੰਦੇ ਆ ਤੇ ਦੂਸਰਾ ਇਹਦਾ ਫਿਰ ਇਹ ਵੀ ਫਾਇਦਾ ਹੁੰਦਾ ਪੈਲੀ ਪੋਲੀ ਹੋ ਜਾਂਦੀ ਆ ਉਹਦੇ ਵਿੱਚ ਨਾਈਟ੍ਰੋਜਨ ਦੀ ਕਣਕ ਬਹੁਤ ਆਲਾ ਹੁੰਦੀ ਆ ਜੀ ਮਲਕ ਯਕੂਬ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਬਹੁਤ ਚੰਗੀਆਂ ਗੱਲਾਂ ਦੱਸੀਆਂ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਪਾਕਿਸਤਾਨ ਜ਼ਿੰਦਾਬਾਦ 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 ਬੜਾ ਹੌਲੀ ਕਿ ਦੁਬਾਰਾ ਕਹ ਪਾਕਿਸਤਾਨ ਜ਼ਿੰਦਾਬਾਦ ਬਹੁਤ ਸ਼ੁਕਰੀਆ